ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ। ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ 'ਤੇ ਇੱਕ ਨਜ਼ਰ। ਉਪ ਮੁੱਖ ਮੰਤਰੀ ਬਣ ਤੇ ਓਪੀ ਸੋਨੀ ਦੇ ਘਰ ਖੁਸ਼ੀ। ਅਲੱਗ ਅਲੱਗ ਜਗ੍ਹਾ ਤੋਂ ਦੋ ਆਰੋਪੀ ਕੀਤੇ ਕਾਬੂ। ਰੁਪਿੰਦਰ ਸਿੰਘ ਹੈਪੀ ਹਲਕਾ ਇੰਚਾਰਜ ਪਹੁੰਚੇ ਗੁਰੂ ਘਰ। ਮਸ਼ੀਨ ਨਾਲ ਹੋਵੇਗਾ ਸੰਸਕਾਰ। ASI ਦੇ ਘਰ ਚੋਰੀ। ਸਵੇਰੇ 5 ਵਜੇ ਹੋਇਆ ਨੌਜਵਾਨ ਅਗਵਾ। ਦਿੱਲੀ ਪੁਲਿਸ ਨੇ ਸਿੱਖਾਂ ਨੂੰ ਰੋਕਿਆ ਗੁਰੂ ਘਰ ਜਾਣ ਤੋਂ। ਮਹਿਲਾ ਬਲੈਕਮੇਲਿੰਗ ਦਾ ਪਰਦਾਫਾਸ਼। ਮਰੀਜ਼ਾਂ ਲਈ ਨਹੀਂ ਹੈ ਪੀਣ ਲਈ ਪਾਣੀ। ਕੈਪਟਨ ਨੂੰ ਘੇਰਿਆ ਆਪ ਪਾਰਟੀ ਨੇ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਅੰਮ੍ਰਿਤਸਰ ਤੋਂ। ਉਪ ਮੁੱਖ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਓਪੀ ਸੋਨੀ ਦੇ ਘਰ ਖੁਸ਼ੀ ਦਾ ਮਾਹੌਲ ਹੈ। ਚਾਰੇ ਪਾਸੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਔਰ ਲੋਕ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਸੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਕਿ ਸੋਨੀ ਸਾਹਿਬ ਦੀ ਅੱਜ ਉਹਨਾਂ ਦੀ ਮਿਹਨਤ ਸਦਕਾ ਔਰ ਉਸਦੇ ਨਾਲ ਹੀ ਮੈਂ ਪਾਰਟੀ ਹਾਈਕਮਾਂਡ ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀਮਤੀ ਸੋਨੀਆ ਗਾਂਧੀ ਜੀ, ਆਪਣੇ ਸਟੇਟ ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਜੀ ਦਾ, ਸਾਰੇ ਸੀਨੀਅਰ ਲੀਡਰ ਸਾਹਿਬਾਨਾਂ ਦਾ ਵੀ ਧੰਨਵਾਦ ਵੀ ਕਰਦੇ ਹਾਂ। ਔਰ ਮੈਂ ਉਹਨਾਂ ਦਾ ਸਮਝਦਾ ਕਿ ਸੋਨੀ ਸਾਹਿਬ ਪਿਛਲੇ 30-35 ਸਾਲਾਂ ਤੋਂ ਇਸ ਗੁਰੂ ਦੀ ਨਗਰੀ ਦੀ ਸੇਵਾ ਕਰ ਰਹੇ, ਅੱਜ 5ਵੀਂ ਵਾਰ ਉਹ ਲਗਾਤਾਰ ਇਸ ਅੰਮ੍ਰਿਤਸਰ ਸ਼ਹਿਰ ਤੋਂ MLA ਬਣ ਕੇ ਗਏ ਨੇ। ਅੱਜ ਉਹਨਾਂ ਨੂੰ ਡਿਪਟੀ CM ਬਣਾਇਆ ਗਿਆ। ਅੱਗੇ ਵੀ ਉਹ ਸੇਵਾ ਕਰਦੇ ਸੀ, ਬਤੌਰ ਮੰਤਰੀ ਵੀ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ, ਡਿਪਟੀ CM ਬਣ ਕੇ ਵੀ ਉਹ ਪੰਜਾਬ ਦੀ ਸੇਵਾ ਕਰਨਗੇ। ਸੋ ਅੱਜ ਖੁਸ਼ੀ ਦਾ ਮਾਹੌਲ ਹੈ, ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਧੰਨਵਾਦ ਕਰਨਾ ਔਰ ਖਾਸ ਕਰਕੇ ਪਾਰਟੀ ਹਾਈਕਮਾਂਡ ਦਾ ਜਿਨ੍ਹਾਂ ਨੇ ਅੱਜ ਸੋਨੀ ਸਾਹਿਬ ਨੂੰ ਡਿਪਟੀ CM ਬਣਾਇਆ, ਧੰਨਵਾਦ। ਖਬਰ ਲੈਂਦੇ ਹਾਂ ਬਟਾਲੇ ਤੋਂ। ਅਲੱਗ ਅਲੱਗ ਆਰੋਪਾਂ ਦੇ ਤਹਿਤ ਦੋ ਆਰੋਪੀ ਕਾਬੂ ਕੀਤੇ ਨੇ। ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਔਰ ਇਹਨਾਂ ਦੇ ਕੋਲੋਂ ਹੈਰੋਨ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਸਨ ਔਰ ਕਿੰਨੇ ਸਮੇਂ ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਸਨ, ਵੇਖੋ ਖਬਰ। ਜੀ, SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਨਸ਼ੇ ਜਿਹੜਾ ਬਹੁਤ ਵਿਕ ਰਿਹਾ, ਨਸ਼ੇ ਦੇ ਸੰਬੰਧ ਦੇ ਵਿੱਚ ਸਪੈਸ਼ਲ ਸਾਡੀਆਂ ਗਸ਼ਤ ਪਾਰਟੀਆਂ ਗਈਆਂ ਸੀ, ਜਿਹਦੇ ਵਿੱਚ ਸਾਡਾ ਸਟਾਫ CIA ਸਟਾਫ ਨੂੰ ਵੀ ਨਾਲ ਜੋੜਿਆ ਗਿਆ ਸੀ ਅਤੇ ਸਾਡੇ ਮੁਲਾਜ਼ਮ ਥਾਣੇ ਦੇ ਸੀ। ਅਤੇ ਜਦ ਇਹ ਪੁਲਿਸ ਪਾਰਟੀ ਜਿਹੜੀ ਆ, ਇਹ ਪਹਿਲਾਂ ਤਾਂ ਜਿਹੜਾ ਪ੍ਰੇਮ ਨਗਰ ਬੋੜਾ ਵਾਲਾ ਆਨੰਦ ਵਾਲੀ ਗਲੀ ਜਿਹੜੀ ਆ ਉਹਦੇ ਸਾਹਮਣੇ ਜਾ ਰਹੀ ਸੀ ਅਤੇ ਇੱਕ ਨੌਜਵਾਨ ਵਿਅਕਤੀ ਜਿਹੜਾ ਪੁਲਿਸ ਪਾਰਟੀ ਨੂੰ ਵੇਖ ਕੇ ਅਤੇ ਯਕਦਮ ਪਿੱਛੇ ਨੂੰ ਦੌੜਿਆ, ਜਿਹੜਾ ਸ਼ੱਕਦੀ ਬਣਾ ਦੇ ਉਹਨੂੰ ਇਹਨਾਂ ਨੇ ਕਾਬੂ ਕੀਤਾ। ਜਿਹੜਾ ਉਹਦੇ ਉਹਨੇ ਇੱਕ ਨਾ ਲਿਫਾਫਾ ਜਿਹੜਾ ਯਕਦਮ ਸੁੱਟ ਦਿੱਤਾ, ਜਿਹਨੂੰ ਚੈੱਕ ਕਰਨ 'ਤੇ ਉੱਥੇ ਉਹਦੇ ਵਿੱਚੋਂ 5 ਗ੍ਰਾਮ ਹੀਰੋਇਨ ਮਿਲੀ। ਉਹਦੇ ਵਿੱਚ ਉਹਨੂੰ ਉਹਦਾ ਮੁਕੱਦਮਾ ਦਰਜ ਕਰਕੇ ASI ਨਰਜੀਤ ਸਿੰਘ ਨੇ ਅਤੇ ਦੁਬਾਰਾ ਜਿਹੜੀ ਉਹਦੀ ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ 'ਤੇ ਉਹਦੀ ਫਰਦ ਇਨਕਸ਼ਾਫ ਦੋਸ਼ੀ ਜਿਹੜਾ ਉਹ ਲਿਖਿਆ, ਜਿਹਦੇ ਵਿੱਚ ਉਹਨੇ ਦੁਬਾਰਾ 20 ਗ੍ਰਾਮ ਹੋਰ ਉਹਦੇ ਕੋਲੋਂ ਜਿਹੜੀ ਆ ਹੀਰੋਇਨ ਬਰਾਮਦ ਹੋਈ ਅਤੇ 1,52,000 ਰੁਪਈਆ ਡਰੱਗ ਮਨੀ ਉਹਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੀ। 20 ਗ੍ਰਾਮ ਹੀਰੋਇਨ ਅਤੇ 1,52,000 ਰੁਪਈਆ ਡਰੱਗ ਮਨੀ ਬਰਾਮਦ ਕੀਤੀ। ਖਬਰ ਲੈਂਦੇ ਹਾਂ ਫਤਿਹਗੜ੍ਹ ਸਾਹਿਬ ਤੋਂ। ਰੁਪਿੰਦਰ ਸਿੰਘ ਹੈਪੀ ਵੱਲੋਂ ਬਕਾਇਦਾ ਤੌਰ 'ਤੇ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ। ਖਬਰ ਲੈਂਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਰੁਪਿੰਦਰ ਸਿੰਘ ਹੈਪੀ, ਜਿਨ੍ਹਾਂ ਨੂੰ ਕਿ ਹਲਕਾ ਇੰਚਾਰਜ ਲਗਾਇਆ ਗਿਆ ਹੈ ਔਰ ਬਕਾਇਦਾ ਤੌਰ 'ਤੇ ਗੁਰੂ ਦਾ ਆਸ਼ੀਰਵਾਦ ਲੈਣ ਲਈ ਨਤਮਸਤਕ ਹੋਏ ਨੇ ਗੁਰੂ ਘਰ, ਔਰ ਉੱਥੇ ਜਾ ਕੇ ਉਹਨਾਂ ਨੇ ਸੇਵਾ ਵੀ ਕੀਤੀ ਹੈ ਔਰ ਗੁਰੂ ਦਾ ਆਸ਼ੀਰਵਾਦ ਵੀ ਲਿੱਤਾ ਹੈ ਔਰ ਉਸਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਸੇਵਾ ਮੈਨੂੰ ਪਾਰਟੀ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਸੌਂਪੀ ਗਈ ਹੈ, ਮੈਂ ਉਸਨੂੰ ਸਿਰੇ ਚਾੜਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗਾ ਔਰ ਜੇਕਰ ਆਪ ਜੀ ਦਾ ਆਸ਼ੀਰਵਾਦ ਹੋਵੇਗਾ। ਇਸ ਸੰਬੰਧ ਵਿੱਚ ਉਹਨਾਂ ਨਾਲ ਹੋਰ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ, ਉਹਨਾਂ ਵੱਲੋਂ ਇੱਕ ਬਹੁਤ ਡਿਊਟੀ ਅਹਿਮ ਲਗਾਈ ਗਈ ਹੈ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ
बसी पठाना के हलका इंचार्ज की ड्यूटी दी गई है। उन्होंने जिम्मेवारी लाई है कि लोगों की जिमें पहला सेवा करते सी वो होर जोर ला के सारे हल्के घूम के लोगों नाल लामबंध करके पार्टी तकड़ा कर। सो अज सारी पार्टी ने जिले की जथेबंदी ने आके गुरु साहब मूहे अरदास भी की शुकराना भी किया कि हैप्पी जी ने ड्यूटी लगी है। तो उम्मीद करते हैं रब मेहर करूँगा उन्होंने मूहे अरदास करते हैं रब मूहे तो उम्मीद करते हैं हैप्पी जी ये ड्यूटी बड़ी वधिया निभाउणगे ते कामयाब रहे। खबर लेंदे आ गुरदासपुर की। मशीन के नाल अंतम संस्कार होण की गलबात चल रही है और आने वाले दिनों के गुरदासपुर ज़िले के मशीन नाल ही होगा अंतम संस्कार। समय की बचत होएगी, घट खर्चा होगा और इस मशीन का सफल इस्तेमाल किया जाएगा। इस दौरान किस नाल की गलबात हुई है वेखते हाँ खबर। मेरा नाम हरजिंदर सिंह चीमा है, मैं चीमा बॉयलर्स लिमिटेड कंपनी का चेयरमैन हाँ। असी IIT रोपड़ के नाल मिल के यह मशीन बनाई है, यदा ना असी नोबल काज रखा। ये सारी मशीन स्टेनलैस स्टील की है। मशीन पईयां ते वे इहदे अंदर संस्कार करन नाल एक तो टाइम घट लगता है। नॉर्मल संस्कार करन दे विच तुहानू 48 घंटे लगते हैं, दूजे दिन तुहानू फुल मिलते हैं। ये 8 घंटे से सारा सैक्ट कंप्लीट हो जाता है और ये लकड़ भी अद्धी लगती है और ये नाल नाल सारियां इंस्टॉल हो जाती ने। मतलब तुहानू इन्ने वड्डे उहदी कम्युनिकेशन ग्राउंड बनाने की जरूरत नहीं हैगी। जिहड़ा एक इहो जिहा शैड जिहा बनिया इह 'च ही 4 मशीनां लग जाणगियां ते उह 3 गुणा 6 गुणा घट तुहानू स्पेस चाहीदी है कम्युनिकेशन ग्राउंड दी 6 गुणा घट। इहदा मतलब तुसीं थोड़ी जिही जगह ते साइड ते मशीनां लाओ, बाकी जगह दूजे कम लई इस्तेमाल करो। उहदे वेटिंग रूम बनाओ, होर चीज़ां बनाओ, है ना, फुल बूटे लाओ। और इह 'च सब तो मशीन एक 2.5-3 लाख की हैगी है, लेकिन ये कि वड्डी गल ये कि ये थले जी ऐश निकलेगी वो फास्फोरस रिच ऐश है, उन्होंने नाल दो तो उन्होंने एक पेड़ लगा दो बंदे नू ताकि वो पेड़ लगाए, पेड़ ग्रो ज़्यादा करेगा। वो जड़ा बंदा बेचारा एक्सपायर हो गया उसके नाते पेड़ लाओ ताकि हर घर के एक पेड़ भी लगे नाल। इनवायरमेंट प्रोटेक्शन सोसाइटी वालों ये मशीन इंस्टॉल की है तो पिछले थोड़े समय के ਇਹਦੇ ਵਿੱਚ ਬਾਰੇ ਸਾਨੂੰ ਪਤਾ ਲੱਗਾ ਅਤੇ ਅਸੀਂ ਚੀਮਾ ਬੋਇਲਰਸ ਮੋਹਾਲੀ ਨੂੰ ਕੰਟੈਕਟ ਕੀਤਾ ਅਤੇ ਉਹਦੀ ਸਾਰੇ ਉਹਨਾਂ ਦਾ ਸਾਰਾ ਵੇਰਵਾ ਲਿਆ, ਉਹਦੇ ਬਾਰੇ ਸਭ ਕੁਝ ਜਾਣਿਆ ਅਤੇ ਇਹ ਮਸ਼ੀਨ ਅਸੀਂ ਇੱਥੇ ਖਰੀਦੀ ਹੈ। ਅਤੇ ਅੱਜ ਬੜਾ ਚੰਗੀ ਗੱਲ ਹੈ ਕਿ ਚੇਅਰਮੈਨ HS ਚੀਮਾ ਵੀ ਇੱਥੇ ਵਿਰਾਜਮਾਨ ਨੇ, ਆਏ ਨੇ ਸਾਨੂੰ ਇੰਸਟਰਕਸ਼ਨ ਦੇਣ ਵਾਸਤੇ ਹਾਊ ਟੂ ਓਪਰੇਟ ਇਟ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੇ ਇੱਕ ਹੀ ਸੰਸਥਾ ਖਰੀਦੇ ਇੱਕੋ ਸੰਸਥਾ ਨੇ ਅਤੇ ਆਲੇ ਦੁਆਲੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੇ ਗੁਰਦਾਸਪੁਰ 'ਚ ਕੰਮ ਕਰਦੀਆਂ ਨੇ ਅਤੇ ਉਹ ਜਿਹੜੀਆਂ ਉਹ ਸਾਰੇ ਆਏ ਨੇ। ਮੇਰਾ ਮਤਲਬ ਇਹ ਸੀ ਕਿ ਅਸੀਂ ਸਾਰੇ ਰਲ ਕੇ ਹਮਲਾ ਕਰੀਏ ਅਤੇ ਇਹ ਜਿਹੜੀ ਸੋਚ ਆ ਲੋਕਾਂ ਨੂੰ ਇਹ ਅਡਾਪਟੇਡ ਦੀ ਕਰਾਈਏ, ਅਸੈਪਟੈਂਸ ਕਰਾਈਏ ਵੀ ਇੱਦਾਂ ਵੀ ਸੰਸਕਾਰ ਜਿਹੜਾ ਕਿ ਬੜਾ ਸਸਤੇ ਤੋਂ ਵੀ ਇਲਾਵਾ ਜਲਦੀ ਹੋ ਜਾਂਦਾ ਹੈ, ਜਿਹਦੇ ਪ੍ਰਦੂਸ਼ਣ ਘੱਟ ਹੁੰਦਾ, ਲੱਕੜੀ ਘੱਟ ਬਲਦੀ ਹੈ। ਅਸੀਂ ਇੱਕ ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦਾ ਕਿਹੜਾ ਮੇਨ ਮੰਤਵ ਹੈ, ਅਸੀਂ ਪੌਦੇ ਲਗਵਾਉਂਦੇ ਹਾਂ, ਪੌਦਿਆਂ ਦੀ ਰੱਖਿਆ ਕਰਦੇ ਹਾਂ। ਪਰ ਮੈਂ ਜਦੋਂ ਵੇਖਿਆ ਵੀ ਇਹਦੇ 'ਚ ਇੱਕ ਪੌਦਾ ਤਾਂ ਹਰ ਸੰਸਕਾਰ ਵਿੱਚ ਬਚ ਹੀ ਜਾਣਾ ਅਤੇ ਉਸ ਬੱਚਤ ਵਾਸਤੇ ਅਸੀਂ ਉਤਸ਼ਾਹਿਤ ਹੋਏ ਹਾਂ। ਅਸੀਂ ਸਾਰਿਆਂ ਨੂੰ ਇਹ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰਚਾਰ ਇਹਦਾ ਇਹਦੇ ਵੀਡੀਓ ਦਿਖਾਵਾਂਗੇ ਨੇੜੇ ਨੇੜੇ ਲਾਗੇ ਕਿਹੜੇ ਸਾਡੇ ਕਸਬੇ ਨੇ, ਦੀਨਾਨਗਰ, ਧਾਰੀਵਾਲ, ਬਟਾਲਾ, ਪਠਾਨਕੋਟ, ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਤਾਂ ਕਿ ਇਹ ਜਿਹੜੀ ਪੱਧਤੀ ਹੈ ਇਹ ਪੱਧਤੀ ਲਾਗੂ ਹੋਵੇ, ਆਮ ਜਨ ਤੱਕ ਪਹੁੰਚੇ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ASI ਦੇ ਘਰ ਹੋਈ ਚੋਰੀ ਔਰ 3 ਲੱਖ ਰੁਪਈਆ ਨਗਦ ਔਰ ਇਸ ਤੋਂ ਇਲਾਵਾ ਕੀਮਤੀ ਸਮਾਨ ਜਿਹੜਾ ਚੋਰੀ ਹੋਇਆ ਹੈ ਔਰ ASI ਵੱਲੋਂ ਬਕਾਇਦਾ ਤੌਰ 'ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਮਿਲੇਗਾ ਇਨਸਾਫ ਵੇਖਦੇ ਹਾਂ ਖਬਰ। ਆਪਣੇ ASI ਨਿਸ਼ਾਨ ਸਿੰਘ, ਸਰਬਜੀਤ ਸਿੰਘ ਆ, ਪੁੱਤਰ ਨਿਸ਼ਾਨ ਸਿੰਘ, ਨਿਊ ਮਾਡਲ ਟਾਊਨ ਬਟਾਲਾ। ਇਹ ਕੱਲ੍ਹ ਆਪਣੇ ਪਰਿਵਾਰ ਸਮੇਤ ਕੱਥੂ ਨਗਰ ਮੱਥਾ ਟੇਕਣ ਗਏ ਸੀ, ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਜਦੋਂ ਸ਼ਾਮੀ ਪਈ ਘਰ ਆਏ, ਵਾਪਸ ਆਏ ਅਤੇ ਉਹਨਾਂ ਦੇ ਘਰ ਦੇ ਜਿੰਦੇ ਜਦੋਂ ਟੁੱਟੇ ਸੀ ਅਤੇ ਉਹਨਾਂ ਆਪਣਾ ਸਮਾਨ ਸਮੂਹ ਵੇਖਿਆ ਖਿੱਲੇ ਦੇ ਖੁੱਲਾ ਪਿਆ ਸੀ ਅਤੇ ਆਪਣਾ ਚੱਕ ਚੁੱਕ ਕੀਤਾ ਅਤੇ ਘਰ ਵਿੱਚ ਇਹਦੇ ਕਮੇਟੀਆਂ ਜਿਹੜੀਆਂ ਪਈਆਂ ਸੀ ਉਹ ਕਮੇਟੀਆਂ ਚੁੱਕੀਆਂ, ਕੋਈ ਕਰੀਬ 3 ਲੱਖ ਰੁਪਈਆ ਹੈਗਾ ਸੀ ਉਹ ਚੋਰੀ ਕਰਕੇ ਲੈ ਗਏ ਨਾਮ ਲੂਮ ਵਿਅਕਤੀ ਜਿਹੜੇ।
इन्हें बयान कानाबद्ध किए गए वो मुताबिक जी परचा दर्ज करके अगली कानूनी कार्रवाई अमल से लिया जाएगी। कल असी दरबार साहब मत्था टेकन वास्ते गए कोई 10:30 के करीब, तो शाम को जो अं कोई 6:30-7 बजे के करीब वापस आए तो घर आके वेख्या कि जो मेन ताला साडा घर का वो टुटा हुआ सी गेट का। फिर अं अंदर जाके वेख्या तो अंदर दूसरा घर का मेन एक दूसरा अंदर एंट्री करी दी वो भी टुटा। फिर असी कमरे वेखे, कमरिया का भी सारा समान खिलरिया पाया सी, ते स्टोर अं वेखा स्टोर का ताला टुटा ही, अलमारी का भी ताला टुटा हुआ ही। जो अं चेक किया तो साढ़े अं कोई कमेटियां चुकिया सी, मिसेस जी ने कमेटियां पाईया सन, तो वो कमेटी जी सी कोई 3 लाख के करीब ही, कोई 1 लाख रुपये साढ़े घर पहलों पिया सी, 2 लाख रुपये दमेटियां से सारी वही गुआढ़िया नहीं पाइया ही, तो वो साढ़ा कोई चुक के तो लै गया जरा वो अं सीसीटी कैमरा चेक किया वो फोटो भी आई हुई है उन्होंने बंद की दोवे की जेडे इन्होंने इन्हें तोड़िया होया। तो मैं अपने चलो मैं भी पुलिस मैं खुद भी करूँगा एक चीज़ में हलो कि सर ये कोई 11-12 के बच्चे कितने हुई है, क्योंकि मैं पक्का नहीं कह सकता क्योंकि मैं चल गया वा 10:30 चल गया वा तो शाम को आया वा इस टाइम के बच्चे कितने चोरी हो गई। घर में कोई नहीं, बस मेरा एक बेटा वा तो मिसेज तो तिने जी हैं बस परिवार के। नहीं शक तो कोई नहीं, शक तो हो भी सकता, चलो फिर वेख दें फिर तफसील चलन दी, चलो कर दे अफसर रहे चला। खबर लें हुशियारपुर तो सवेरे 5 बजे के करीब 21 साल नौजवान का अगवा होया है। सवेरे 5 बजे इसनों किसने अगवा किया है और पुलिस वालों बकायदा तौर पर मौके पर पहुंची है और उन्होंने विश्वास दवाया है कि तुहाडा बच्चा तुहाडे हवाले किया जाएगा। पुलिस पूरी तरह मुश्तैद है और इलाके विच पूरी तरह जिहड़ी चौकसी वरती जा रही है। आखिर वो लोग कौन ने जिन्हां ने 21 साल नौजवान नूं अगवा किया है, वेखदे हाँ खबर। राजन नाम के लड़के की सानू रिपोर्ट मिली है कि ही हैज़ बीन किडनैप्ड। बाकी मैं हले साड़ी तफ्तीश जा रही है, बहुत सेंसिटिव टाइम है। आई वुड रिक्वेस्ट कि तुसीं भी सानू कोऑपरेट करो, असीं पूरे लगे हुए टीम ते मैं तुहानूं थोड़ी देर च इनफॉर्म करांगी। कुछ इदां दा है भी फौरती दी मांग कीती गई फिलहाल अज तक जो कॉन्फर्म कॉल नहीं चाहती, प्लीज कोऑपरेट विद अस, असीं लगे हुए। खबर लैंदे हां कपूरथला तों। श्रोमणी अकाली दल वालों काले कानूनों नूं लैके पिछले दिनी विरोध जताया जा रहा और जिहदे विच बहुत सारे श्रोमणी अकाली दल दे वर्करां वालों शिरकत की गई और जदों वो दिल्ली गुरद्वारा साहब जाण दी कोशिश कर रहे सन तां दिल्ली पुलिस ने उन्हां नूं रोकिया और गुरु घर जाण तों मना किया। इस दौरान किस नाल की गलबात हुई है वेखदे हाँ खबर। 17 सितंबर 2020 नूं एक काले कानून केंद्र दी अन्नी बोली सरकार वालों पंजाब दी जवानी ते किसानी दे उत्ते थोपे गए धक्के दे नाल। उहदे संबंध दे विच सरदार सुखबीर सिंह बादल जी, सरदार बिक्रम सिंह मजीठिया और सरदार परमजीत सिंह बंटी रोमाणा जी के निर्देशों से 17 सितंबर नूं काला दिवस मनाउण वास्ते समुची यूथ अकाली दल कपूरथला दी टीम दिल्ली जा धरने दे विच शमूलीयत करन वास्ते पहुँचे सीगे जी, जिहदे विचों इत्थों वड्डे काफले दे रूप विच नौजवानों ने मेरा साथ दिता नाल पहुँचे। और दिल्ली दियां जदों असीं बरूहां ते जा रहे सीगे तो उत्थे सानू बहुत मुश्किल परेशानियां दा सामना करना पिया क्योंकि वड्डा काफला होण दे बावजूद कदी सानू किसी बॉर्डर ते तंग कीता जांदा है, कदी किसी ते, मतलब भी सिंघू तो कोई एंट्री नहीं सी ना गाजियाबाद तो, असीं फिर भी गुरु महाराज की कृपा दे नाल सज्जो खब्बे हुंदे होए दिल्ली च एंटर कर गए। कमाल दी गल तदों हुई जी भी जदों सवेरे असीं तैयार हो के धरना स्थान पर जा रहे सीगे, एक उत्थे दे अपने ASI सीगे राजबीर सिंह जो वीडियो भी जिन्हां दे विच आ पुछिया भी कित्थे जा रहे हो तुसीं एड्डी वड्डी गिनती दे विच, असीं कहा जी असीं तां गुरद्वारा साहब जा रहे हां, कहिंदा किहड़ा गुरद्वारा असीं नहीं जाण दिंदे, साडे सबर दा बन टुट गया जी। मैं कहा तुसीं कौण हुंदे सानू गुरद्वारा साहब जाणन तों। उस टाइम सानू बहुत मतलब गुस्सा रात दा ही सीगा पर जदों उन्होंने कहा भी गुरद्वारा किहड़ा गुरद्वारा नहीं जाण देना, पर उस समय सबर का बन्न टुट गया जी, कोई बर्दाश्त नहीं होया क्योंकि अकाली दल दे योधियां नूं रात दे ही जिहड़े नाल गया सी बड़ियां परेशानियां दिक्कतां झल के दिल्ली पहुँचे और उत्थे जाके जदों कोई बंदा इदां कह दे भी किहड़ा गुरद्वारा, फिर उस टाइम बर्दाश्त नहीं कर सकते सी उह गल। इस करके उन्हां नूं मोदी दी अन्नी बोली, क्योंकि औरंगजेब रवैया सीगा मोदी दा भी कोई किसे नूं एंटर नहीं होण देना,
ਕੱਲੀ ਕੱਲੀ ਆਟੋ ਚੈੱਕ ਕਰ ਰਹੇ ਸੀ, ਕੱਲੇ ਕੱਲੇ ਟੈਕਸੀ ਚੈੱਕ ਕਰ ਰਹੇ ਸੀ, ਜਿਹਦੇ ਵਿੱਚ ਕੁੜਤਾ ਪਜਾਮਾ ਔਰ ਕੇਸਰੀ ਦਸਤਾਰ ਕਿਸੇ ਦੇ ਪਾਈ ਹੁੰਦੀ ਸੀਗੀ ਉਹਨੂੰ ਨਾਲ ਹੀ ਉਤਾਰ ਲੈਂਦੇ ਸੀਗੇ ਵੀ ਉੱਤਰੋ ਥੱਲੇ ਨਹੀਂ ਜਾਣ ਦੇਣਾ। ਇਹ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਮੁਹਿੰਮ ਸੀਗੀ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ। ਅੱਜ ਤੱਕ ਕਿਸੇ ਵੀ ਪਾਰਟੀ ਨੇ ਇਹੋ ਜਿਹਾ ਜਿਗਰਾ ਨਹੀਂ ਦਿਖਾਇਆ ਸੀਗਾ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਗੜ੍ਹ ਦੇ ਵਿੱਚ ਜਾ ਕੇ ਉਹਨਾਂ ਦੇ ਖਿਲਾਫ ਸੰਸਦ ਦੇ ਬਾਹਰ ਜਾ ਕੇ ਇਹ ਤਿੰਨ ਕਾੜੇ ਕਾਨੂੰਨਾਂ ਦਾ ਵਿਰੋਧ ਕਰਨਾ ਜਾਂ ਉਹਨਾਂ ਨੂੰ ਪਾੜਨ ਦੀ ਗੱਲ ਕਰਨਾ। ਅਤੇ ਅਸੀਂ ਹਿੱਕ ਠੋਕ ਕੇ ਗੱਲ ਉੱਥੇ ਕਹਿ ਕੇ ਆਏ ਹਾਂ। ਅਤੇ ਇਹ ਸਾਡੇ ਪ੍ਰਧਾਨ ਸਾਹਿਬ ਨੇ ਜਦੋਂ ਹੁਕਮ ਲਾਇਆ ਕਿ ਦਿੱਲੀ ਵਿੱਚ ਸਾਰੇ ਵਰਕਰਾਂ ਨੇ ਪਹੁੰਚਣਾ ਆ, ਅਤੇ ਉਸ ਵੇਲੇ ਕਪੂਰਥਲਾ ਯੂਥ ਅਕਾਲੀ ਦਲ ਦੀ ਜਿਹੜੀ ਟੀਮ ਸੀਗੀ ਸਾਡੇ ਜ਼ਿਲ੍ਹਾ ਪ੍ਰਧਾਨ ਦੇਹਾਤੀ ਸਰਦਾਰ ਮਨਵੀਰ ਸਿੰਘ ਵਡਾਲਾ ਸਾਹਿਬ ਦੀ ਪ੍ਰਧਾਨਗੀ ਹੇਠ ਜਦੋਂ ਅਸੀਂ ਕਪੂਰਥਲੇ ਗਏ ਹਾਂ, ਦਿੱਲੀ ਗਏ ਹਾਂ, ਅਤੇ ਉਦੋਂ ਕੀ ਹੋਇਆ ਕਿ ਇੱਕ ਜਿਹੜਾ ਸਾਡਾ ਜੱਥਾ ਸੀਗਾ ਉਸ ਜੱਥੇ ਨੂੰ ਦੇਖ ਕੇ ਪਤਾ ਨਹੀਂ ਦਿੱਲੀ ਪੁਲਿਸ ਨੂੰ ਕੀ ਬਿਪਤਾ ਪਈ ਕਿ ਉਹਨਾਂ ਨੇ ਸਾਨੂੰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਅਤੇ ਅਸੀਂ ਪਹਿਲਾਂ ਵੱਖ ਵੱਖ ਤਰੀਕੇ ਨਾਲ ਗਏ, ਸਾਡੀਆਂ ਗੱਡੀਆਂ ਨੂੰ ਹਰਾਸ ਕੀਤਾ ਗਿਆ, ਸਾਡੀ ਇਕੱਲੀ ਇਕੱਲੀ ਜਿਹੜਾ ਸਾਡਾ ਸ਼੍ਰੋਮਣੀ ਯੂਥ ਅਕਾਲੀ ਦਲ ਕਪੂਰਥਲੇ ਦਾ ਵਰਕਰ ਸੀਗਾ ਸਾਰਿਆਂ ਨੂੰ ਰੋਕਿਆ ਗਿਆ, ਅਹੁਦੇਦਾਰਾਂ ਨੂੰ ਪਰੇਸ਼ਾਨ ਕੀਤਾ ਗਿਆ। ਐਂਡ ਦੇ ਉੱਤੇ ਜਦੋਂ ਸਾਨੂੰ ਉਹਨਾਂ ਨੇ ਗੁਰਦੁਆਰੇ ਦੇ ਬਾਹਰ ਬੈਰੀਕੇਡ ਲੱਗੇ ਹੋਏ ਸੀਗੇ ਅਤੇ ਸਾਨੂੰ ਉਹਦੇ ਵਿੱਚ ਵੀ ਉਹਨਾਂ ਨੇ ਐਂਟਰੀ ਕਰਨ ਦੀ ਕੋਸ਼ਿਸ਼ ਮਨ੍ਹਾ ਕਰ ਦਿੱਤਾ, ਹਾਰ ਕੇ ਫਿਰ ਗਰਮਾ ਗਰਮੀ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ, ਜਿਹਦੇ ਵਿੱਚ ਵਡਾਲਾ ਸਾਹਿਬ ਨੇ ਫਿਰ ਖੁੱਲ੍ਹ ਕੇ ਕਿਹਾ ਵੀ ਤੁਸੀਂ ਕਾਹਤੋਂ ਇੱਦਾਂ ਕਰਨ ਡੇ ਹਾਂ, ਵੀ ਅਸੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗੇ, ਅਸੀਂ ਕੋਈ ਅੱਤਵਾਦੀ ਥੋੜ੍ਹਾ ਆ, ਵੀ ਇੱਕ ਇਹ ਭਾਰਤ ਆਜ਼ਾਦ ਆ, ਆਜ਼ਾਦ ਭਾਰਤ ਦੇ ਵਿੱਚ ਅਸੀਂ ਆਪਣੇ ਗੁਰਦੁਆਰਾ ਗੁਰੂ ਧਾਮਾਂ ਦੇ ਵਿੱਚ ਜਾਂ ਮੰਦਰਾਂ ਗੁਰਦੁਆਰਿਆਂ 'ਚ ਨਹੀਂ ਜਾ ਸਕਦੇ, ਅਤੇ ਕਾਹਦੀ ਆਜ਼ਾਦੀ ਹੈ। ਇਸ ਗੱਲ ਨੂੰ ਲੈ ਕੇ ਥੋੜ੍ਹੀ ਤਿੱਖੀ ਨੋਕਝੋਕ ਹੋ ਗਈ ਸੀ, ਪਰ ਦਿੱਲੀ ਪੁਲਿਸ ਦਾ ਰਵੱਈਆ ਉਸ ਵੇਲੇ ਬੜਾ ਬੈਡ ਰਿਹਾ ਸਾਨੂੰ ਲੈ ਕੇ। ਅਤੇ ਉਹ ਜੋ ਮੈਂ ਮਹਿਸੂਸ ਕੀਤਾ ਕਿ ਉਦੋਂ ਸਾਨੂੰ ਨਾ ਤਿੰਨ ਚਾਰ ਜਗ੍ਹਾ ਤੋਂ ਘੁੰਮ ਘੁੰਮਾ ਕੇ ਉੱਥੇ ਪਹੁੰਚਣਾ ਪਿਆ ਸੀਗਾ ਕਿਉਂਕਿ ਸਾਰੇ ਹੀ ਰੂਟ ਉਹਨਾਂ ਨੇ ਬੰਦ ਕੀਤੇ ਹੋਏ ਸੀਗੇ। ਖਬਰ ਲੈਂਦੇ ਹਾਂ ਕਪੂਰਥਲੇ ਤੋਂ, ਮਹਿਲਾ ਬਲੈਕਮੇਲ ਕਰਦੀ ਦਾ ਪਰਦਾ ਫਾਸ਼, ਦੋ ਕੀਤੇ ਗਏ ਨੇ ਕਾਬੂ। ਨੌਜਵਾਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਬਲੈਕਮੇਲ ਕਰਨ ਦਾ ਇਹ ਆਰੋਪ ਜਿਹੜਾ ਇਹਨਾਂ ਲੋਕਾਂ 'ਤੇ ਲੱਗਾ ਹੈ। ਕਿਸ ਤਰ੍ਹਾਂ ਨੌਜਵਾਨਾਂ ਨੂੰ ਚੁੰਗਲ ਵਿੱਚ ਫਸਾਉਂਦੇ ਸੀ ਔਰ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਬਲੈਕਮੇਲ ਕਰਦੇ ਸੀ, ਵੇਖਦੇ ਹਾਂ ਖਬਰ। ਅੱਜ ਇੱਕ ਸਾਡੇ ਥਾਣਾ ਸਿਟੀ ਕਪੂਰਥਲਾ ਵਾਲਿਆਂ ਨੇ ਇੱਕ ਗੈਂਗ ਨੂੰ ਬਰਸਟ ਕੀਤਾ ਆ, ਜਿਹਦੇ ਵਿੱਚ ਇੱਕ ਅਰਵਿੰਦਰ ਸਿੰਘ ਨਾਂ ਦਾ ਵਿਅਕਤੀ ਆ, ਮੈਰੀਪੁਰ ਪਿੰਡ ਥਾਣਾ ਸੁਲਤਾਨਪੁਰ ਲੋਧੀ ਦਾ। ਇਹਨੇ ਆਣ ਕੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਥਾਣੇ ਆਪਣੇ ਸਾਡੇ ASI ਸ਼ੋਕ ਕੁਮਾਰ ਨੇ, ਮਾਰਫਿਟ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਸੀ, ਨਾਕੇ ਦੌਰਾਨ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਇਹਨਾਂ ਦੇ ਨਾਲ ਇੱਕ ਗੈਂਗ ਨੇ ਠੱਗੀ ਮਾਰੀ ਆ, ਜਿਸ ਤਹਿਤ ਕੋਈ ਇੱਕ ਲੜਕੀ ਸੀ ਸੰਦੀਪ ਕੌਰ ਨਾਂ ਦੀ, ਉਹਦੇ ਨਾਲ ਫੋਨ 'ਤੇ ਪਹਿਲਾਂ ਵਟਸਐਪ 'ਤੇ ਗੱਲਬਾਤ ਕਰਨੀ ਸ਼ੁਰੂ ਕੀਤੀ, ਉਹਦੇ ਨਾਲ ਫਰੈਂਡਸ਼ਿਪ ਬਣਾਈ, ਫਰੈਂਡਸ਼ਿਪ ਬਣਾਉਣ ਤੋਂ ਬਾਅਦ ਉਹਨੂੰ ਫਿਰ ਝਾਂਸੇ ਵਿੱਚ ਲੈ ਕੇ 14 ਤਰੀਕ ਨੂੰ ਉਹਨੇ ਇਹਨੂੰ ਫੋਨ ਕਰਕੇ ਕਿਹਾ ਵੀ ਮੇਰੇ ਕੋਲ ਚੰਡੀਗੜ੍ਹ ਦੀ ਲੜਕੀ ਆਈ ਹੋਈ ਆ, ਤੂੰ ਮੈਨੂੰ ਦਾਣਾ ਮੰਡੀ ਵਿੱਚ ਆ ਕੇ ਮਿਲ ਅਤੇ ਇਹ ਮੈਂ ਲੜਕੀ ਤੇਰੇ ਨਾਲ ਭੇਜ ਦਿਆਂਗੀ। ਇਹ ਉਹਨਾਂ ਦੇ ਝਾਂਸੇ ਵਿੱਚ ਆ ਕੇ ਉੱਥੇ ਕਾਰ ਲੈ ਕੇ ਚਲਾ ਗਿਆ, ਜਿੱਥੇ ਕਾਰ ਦੇ ਵਿੱਚ ਦੋ ਲੜਕੀਆਂ ਬੈਠੀਆਂ ਹੋਈਆਂ ਸੀ, ਉੱਥੇ ਉਹ ਇਹਦੀ ਕਾਰ ਦੇ ਵਿੱਚ ਸ਼ਿਫਟ ਹੋ ਗਈਆਂ। ਔਰ ਕਾਰ 'ਚ ਸ਼ਿਫਟ ਹੋਣ ਤੋਂ ਬਾਅਦ ਜਦੋਂ ਇਹ ਚੱਲਣ ਲੱਗੇ ਆ ਤਾਂ ਇਹਨਾਂ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਲੜਕੀਆਂ ਨੇ ਉੱਥੇ ਡੱਕ ਲਿਆ, ਇਹਦੇ ਕੋਲ ਚਾਬੀ ਖੋ ਕੇ ਇਹਦੀ ਗੱਡੀ ਚਲਾਉਣ ਲੱਗ ਪਏ, ਇਹਨੂੰ ਇੱਥੋਂ ਅਗਵਾਹ ਕਰਕੇ ਨਡਾਲੇ ਇੱਕ ਘਰ ਦੇ ਵਿੱਚ ਲੈ ਗਏ। ਉੱਥੇ ਜਾ ਕੇ ਫਿਰ ਇਹਨਾਂ ਨੇ ਉਹਨੂੰ ਬਲੈਕਮੇਲ ਕੀਤਾ, ਬਲੈਕਮੇਲ ਕਰਕੇ ਇਹਦੇ ਕੋਲ 2 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੇ ਸੀ ਕਿ ਸਾਨੂੰ 2 ਲੱਖ ਰੁਪਇਆ ਦੇ, ਨਹੀਂ ਤਾਂ ਤੇਰੇ ਘਰੇ ਜਾਂ ਤੇਰੇ ਖਿਲਾਫ਼ ਆਪਾਂ ਕਾਰਵਾਈ ਕਰਵਾਵਾਂਗੇ। ਉਸ ਤੋਂ ਬਾਅਦ ਇਹਨੇ ਉਹਨਾਂ ਨਾਲ ਨੈਗੋਸ਼ੀਏਟ ਕੀਤਾ, 1.5 ਲੱਖ ਰੁਪਏ ਦੀ ਗੱਲਬਾਤ ਹੋ ਗਈ, 1.5 ਲੱਖ 'ਚੋਂ 20 ਹਜ਼ਾਰ ਰੁਪਏ ਤਾਂ ਇਹਨੇ ਆਪਣਾ ਉਦੋਂ ATM ਤੋਂ ਕਢਾ ਕੇ ਦੇ ਦਿੱਤਾ, 30 ਹਜ਼ਾਰ ਇਹਨੇ ਆਪਣੇ ਕਿਤੇ ਦੋਸਤ ਤੋਂ ਪੇਟੀਐਮ 'ਚੋਂ ਉਹਨਾਂ ਨੂੰ ਪੇਮੈਂਟ ਕਰ ਦਿੱਤੀ, ਔਰ ਇੱਕ ਚੈੱਕ ਉਹਦਾ ਚੈੱਕ ਬੁੱਕ ਤੋਂ ਉਹਨਾਂ ਨੇ ਕੱਟ ਕੇ 80 ਹਜ਼ਾਰ ਰੁਪਏ ਦਾ ਰੱਖ ਲਿਆ ਅਤੇ ਇਹਨੂੰ ਛੱਡ ਦਿੱਤਾ। ਪਰ ਉਸ ਤੋਂ ਬਾਅਦ ਫਿਰ ਇਹਨੂੰ ਉਹ ਬਲੈਕਮੇਲ ਕਰਦੇ ਰਹੇ, ਦੁਬਾਰਾ ਡਿਮਾਂਡ ਕਰਦੇ ਰਹੇ ਵੀ ਤੂੰ ਸਾਨੂੰ 80 ਹਜ਼ਾਰ ਰੁਪਏ ਕੈਸ਼ ਦੇ ਕੇ ਜਾ, ਆਪਣਾ ਚੈੱਕ ਵਾਪਸ ਲੈ ਜਾ, ਨਹੀਂ ਤਾਂ ਤੇਰੇ ਖਿਲਾਫ਼ ਆਪਾਂ ਕਾਰਵਾਈ ਕਰਵਾਵਾਂਗੇ। ਇਹਨੇ ਫਿਰ ਸਾਨੂੰ ਆਣ ਕੇ ਇੱਥੇ ਇਨਫੋਰਮੇਸ਼ਨ ਦਿੱਤੀ ਸਾਡੇ ASI ਅਸ਼ੋਕ ਕੁਮਾਰ ਨੂੰ, ਫਿਰ ਇਹਦਾ ਟਰੈਪ ਲਾ ਕੇ ਆਪਾਂ ਫਿਰ ਇਹ ਦੋ ਬੰਦਿਆਂ ਨੂੰ ਆਪਾਂ ਸੰਦੀਪ ਕੌਰ ਅਤੇ ਅਰਵਿੰਦਰ ਸਿੰਘ ਨੂੰ ਆਪਾਂ ਕੱਲ੍ਹ ਕਾਬੂ ਕੀਤਾ ਹੈ। ਖਬਰ ਲੈਂਦੇ ਹਾਂ ਕੋਟਕਪੂਰੇ ਤੋਂ। ਪੰਜਾਬ ਦੀ ਧਰਤੀ ਹੈ, ਪੰਜਾਂ ਦਰਿਆਵਾਂ ਦੀ ਧਰਤੀ ਹੈ, ਜਿੱਥੇ ਪਾਣੀ ਦੀ ਜ਼ਰਾ ਜਿੰਨੀ ਸਮੱਸਿਆ ਨਹੀਂ ਹੈ। ਲੇਕਿਨ ਸਿਵਲ ਹਸਪੀਟਲ ਜੇ ਕੋਟਕਪੂਰਾ ਦੀ ਗੱਲ ਕਰੀਏ ਤਾਂ ਮਰੀਜ਼ਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ। ਗਰਮੀ ਦੇ ਮੌਸਮ ਦੇ ਵਿੱਚ ਜਦੋਂ ਪਾਣੀ ਨਾ ਮਿਲੇ ਤਾਂ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਆਮ ਲੋਕਾਂ ਦੀ ਅਤੇ ਮਰੀਜ਼ਾਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੋਏਗੀ, ਇਸ ਨੂੰ ਜਾਣਨ ਵਾਸਤੇ ਵੇਖੋ ਪੂਰੀ
खबर। सरकारी हस्पताल कोटकपुरा के इन ज़्यादा मुश्किल है कि प्रशासन जे चुने हुए नुमाइंदे कोई भी इन्हें ध्यान नहीं दे रहा। आम पब्लिक त्राहीमाम त्राहीमाम कर रही है, बुरी तरह पानी की प्रॉब्लम तो ग्रस्त है, बिस्तर की प्रॉब्लम तो ग्रस्त है, पर सब तो वड्डी जिहड़ी साढ़े ध्यान दे विच आई है पिछले कुछ दिनों दे विच पानी की मुश्किल एड्डी वड्डी है कि चार फिल्टर होने के बावजूद एक भी फिल्टर काम नहीं कर रहा। चारां दे विचों असीं एक दे कोले खड़े हैं, मैं तुहानूं दिखाउणा चाहूँगा इस च पानी है नहीं गा, अब मैं नप के दिखा रहा इस च पानी नहीं। फिर तुसीं देखो आ जिहड़ी पाइप है ये फिल्टर्ड पानी नूं इहदे विच पाउंदी है, ये बाहर लौंक रही है। फिर तुसीं देखो इन्हां दे प्लग पलुग कोई बिजली का कनैक्शन नहीं है, कुछ नहीं लग्या होया, ये आई छड़े हुए आए पए है, ये भी स्विच बंद है। ये चारां दी यही हालत है, जे किसी विच माड़ा मोटा पानी भी पै रहा तो टैंकी का डायरेक्ट पानी है, पता नहीं टूटी का कि हेठ वाली मोटर का। पानी की बहुत समस्या हैगी सर, इतने पानी बस आम लोगों कोई समस्या आदि वास्ते सुविधा वधिया हैगी है, जो आम लोग इतने रह रहे उन्होंने वास्ते कोई नहीं, आम पानी पी रहे हैं। सर तुसी पानी कितों लैके आने? असीं पानी सिर्फ एक अपना कंटीन के नाल हैगा एक। सर वो पानी तो फिल्टर नहीं हो रहा, वेख के आए पार्टी वाले जिहड़े आए सी इह वेख के उते फिल्टर दी तारां वी पट्टियां होवे, तुसी सर पानी वो खराब क्यों पी रहे? बस की करिए मजबूरी है सर, कोई है नहीं आस पास, दो चार फिल्टर लगे वो खराब पे है, पेशेंट नूं जाने नूं कल्ले नूं जाना दूर औखा है। खबर लैंदे आ संगरूर तो, कैप्टन नूं बकायदा तौर पर आम आदमी ने घेरिया है, और कांग्रेस पार्टी की गल करिए तो कांग्रेस पार्टी वालों चरणजीत सिंह चन्नी नूं पंजाब दा मुख्यमंत्री नियुक्त किया गया है। अज उन्हां दा सहुं चुक समारोह सी, लेकिन आम आदमी पार्टी के हरपाल चीमा जी की गल करिए तो उन्होंने कहा कि इस तरह के हालातों में कांग्रेस का कोई भी बीड़ा पार नहीं लगा सकता। होर की कहा वेखो पूरी खबर। चीमा साहब किस तरह देखते दे हैं कांग्रेस ने जोड़ा है हाईकमान ने कैप्टन अमरिंदर सिंह का अस्तीफा जोड़ा एक्सैप्ट कर लिया, उस तो बाद नवा चेहरा बनाया जा रहा है, किस तरह देखते हो? देखो जोड़े वादे 2017 किए कांग्रेस पार्टी ने वो 2021 तक जाते जाते 5 साल पूरे नहीं किए है, 4.5 साल का समा बीत चुके ना, गुरु ग्रंथ साहब जी ने बेअदबी की है, ना वो जेलों गए, ना घर का रुजगार मिले, ना पंजाब के किसान का कर्जा माफ़ होया, ना पंजाब में माफिया राज का खात्मा होया, ना पंजाब का खजाना भरिया, ना कच्चे मुलाजम पक्के हुए, ना दलतों गरीब लोगों को मिलती स्कीम दुगनिया हुई, कोई भी कम एक सिंगल भी कम कांग्रेस पार्टी सरकार ने पंजाब से नहीं किया है। सो हम 4.5 साल बाद मुख्यमंत्री बदल के पर कांग्रेस पार्टी ने कोई फायदा नहीं होना है, जिन्ने मर्जी चेहरे बदल ले, जिन्ने मर्जी मुख्यमंत्री बदल ले, कांग्रेस पार्टी की जी बेड़ी डुब रही है, जो जहाज डुब रहा वो 2022 तक जाना बिल्कुल डुब जूगा। कैप्टन अमरिंदर सिंह ने जो कल बयान दिता है क्या कि पाकिस्तान के नवजोत सिंह सिद्धू के संबंध ने उस जगह माहौल खराब हो सकता सूबे का, उस बयान को किमें लेंगे? देखो नवजो अपना कैप्टन साहब को जी इनफॉर्मेशन कि नवजोत सिंह सिद्धू के पाकिस्तान का संबंध ने, तो कैप्टन साहब को चाहिए कि तुरंत उन्होंने खिलाफ मुकदमा दर्ज करके जेल के भेज दें, तुरंत जोड़ा है पंजाब नू, देश नू बचाउन इस तरह के व्यक्ति तो। सो कैप्टन साहब अपनी जिम्मेवारी निभानी चाहिए, हजे भी केयर टेकर मुख्यमंत्री ने तुरंत अपनी पुलिस को हदायत जारी कर के तुरंत मुकदमा दर्ज करके नवजोत सिंह सिद्धू जेल के भेजन। चर्चावां हो रही ने कि कैप्टन साहब जोड़े है बीजेपी ज्वाइन कर सकते हैं, देखो ये कैप्टन साहब दस सकते हैं कि बीजेपी ज्वाइन करनी आ या कोई होर पार्टी ज्वाइन करनी, ये बारे तो कैप्टन साहब स्पष्ट कर सकते हैं, बड़े सीनियर पॉलिटिशियन ने। आम आदमी पार्टी के विच लै सकते हो तुसी? देखो जिहड़ा व्यक्ति नॉन परफॉर्मर हो, जिस व्यक्ति ने अपने वादे पूरे ना किए हो, जिस व्यक्ति अपने वादे से खरा ना उतरिया हो, सो इस तरह के व्यक्तियों की आम आदमी पार्टी में कोई थान नहीं। भविख में किमें देखते हो कांग्रेस? कांग्रेस का भविख देश में खत्म आ, कांग्रेस देश के वेंटीलेटर से पई आखिरी साहते आ, और पंजाब में भी आखिरी साहते आ, 2022 के कांग्रेस पार्टी के जितने देश के भोग पै जी, तो पंजाब भोग पै। लोगों के चर्चावं हो रही ने जी, कहते आम आदमी पार्टी के मुख्यमंत्री लैके जोड़ा है काफ़ी विवाद छिड़िया होया, दूसरे पास कांग्रेस का भी यही हाल है कि अकाली दल इस लाह लै जाएगी। देखो अकाली दल वो पार्टी आ जी सब तो वड्डी नफरत की पात्र पंजाब के लोगों की बन चुकी है, अज पूरे पंजाब का किसान जेकर धरनिया के बैठने लिए मजबूर आ तो वो पिछले सब तो वड्डा हाथ अकाली दल बीजेपी का कांग्रेस पार्टी का गा, ये ट्रडिशनल पार्टियां अच्छे पंजाब के किसान को दिल्ली दिया बरूहों से लंबे समय तो बैठने लिए मजबूर किया, धरने लाने लिए मजबूर किया, सो अकाली दल तो पिंड बढ़ ही नहीं सकता,
अकाली दल तो पिंडां च शहरां च मोहल्लियां च किसी नूं वड़न जोगी थां नहीं हैगी। और दूजे पासे रही कांग्रेस पार्टी ने चार साल के साढ़े चार साल कोई परफॉर्मेंस जीरो रही है। कला ऑप्शन जी बची है पंजाब के लोगों को आम आदमी पार्टी है। आम आदमी पार्टी की सरकार बननी तय आ साडे विच कोई काटो कलेश नहीं है। सारी पार्टी यूनाइट आ सारी इकट्ठी आ। साडे पंजाब के प्रधान सरदार भगवंत सिंह मान जी ने बड़े अच्छे तरीके अगवाई कर रहे हैं। ए सी हुण तक दी अपडेट नवीं ते ताज़ा खबरां लई जुड़े रहो ए वन पंजाबी टीवी दे नाल।